ਬੇਬੇ ਅੱਗੋਂ ਤੁਸੀਂ ਕੀ ਕਹਿੰਦੇ ਆ ਸ਼ਟ ਅਪ ਉਹ ਵੀਡੀਓ ਸਾਡੀ ਬੜੀ ਵਾਇਰਲ ਹੋਈ ਜਿਵੇਂ ਗੋਰਿਆਂ ਦਾ ਜਵਾਕ ਹੁੰਦਾ ਜਿਵੇਂ ਮੰਮ ਆ ਕੀ ਆ ਕਿਆ ਹੁਣ ਆਉਂਦੀਆਂ ਗੱਲਾਂ ਭੈਣ ਘਰ ਭਾਈ ਕੁੱਤਾ ਸਹੁਰੇ ਘਰ ਜਵਾਈ ਕੁੱਤਾ ਹਾਂਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਕਰਦੇ ਕਿ ਤੁਸੀਂ ਸਾਰੇ ਜਾਣੇ ਠੀਕ ਠਾਕ ਹੀ ਹੋਗੇ ਸੋ ਵੀਡੀਓ ਸ਼ੁਰੂ ਹੋਣ ਤੋਂ ਪਹਿਲਾਂ ਵੀਡੀਓ ਨੂੰ ਲਾਈਕ ਕਰ ਦਿਓ ਸਾਰੇ ਜਾਣੇ ਕਰਾਂ ਦੀ ਫਟਾਫਟ ਲਾਈਕ ਵਾਲਾ ਬਟਨ ਜਾਂ ਘਸਾ ਦਿਓ ਤੁਸੀਂ ਸੋਚਦੇ ਹੋਗੇ ਅੱਜ ਫੇਰ ਤਿਆਰ ਸ਼ਿਆਰ ਹੋਇਆ ਫਿਰਨ ਦਾ ਤੋ ਅੱਜ ਆਪਾਂ ਚੱਲੇ ਹਾਂ ਮੈਂ ਕਿਹਾ ਦੱਸ ਦਈਏ ਮੈਂ ਤੇ ਮੰਮੀ ਤੇ ਡੈਡੀ ਚੱਲੇ ਹਾਂ ਮੰਮੀ ਦੀ ਮਾਸੀ ਜੀ ਨੂੰ ਮਿਲਣ ਜਾਣੀ ਕਿ ਮੇਰੀ ਨਾਨੀ ਜੀ ਨੂੰ ਤੇ ਮੇਰੀ ਉਹ ਆਏ ਬਾਹਰੋਂ ਸੋ ਆਪਾਂ ਮਿਲਾਉਣੇ ਤੁਹਾਨੂੰ ਸਾਰਿਆਂ ਨੂੰ ਉਹਨਾਂ ਨਾਲ ਤੇ ਆਪਾਂ ਚੱਲੇ ਮੋਗੇ ਸ਼ਹਿਰ ਵਿਖੇ ਉਹ ਮੋਗੇ ਰਹਿੰਦੇ ਆ ਆਓ ਫਿਰ ਤੁਹਾਨੂੰ ਲੈ ਕੇ ਚੱਲਦੇ ਤੇ ਨਾਲ ਤੁਹਾਨੂੰ ਵੀ ਮਿਲਾਉਣੇ ਸਾਰਿਆਂ ਨਾਲ ਮੈਂ ਕਿਹਾ ਬੇਬੇ ਸਾਰਿਆਂ ਨੂੰ ਕਰਾਂ ਦੀ ਬੇਬੇ ਦੇ ਦਰਸ਼ਨ ਵੀ ਕਰਾ ਹੀ ਦਈਏ ਅੱਜ ਫੇਰ ਤਿਆਰ ਹੋਇਆ ਫੇਰ ਤਾਂ ਘਰੇ ਮੈਸੀ ਲੱਗੀ ਤੇਰੀ ਸ਼ਰਮ ਨਹੀਂ ਆਉਗੀ ਜੀ ਥੋੜੀ ਨਿਕਲਿਆ ਰਹਿਣਾ ਰੋਜ਼ ਜਾਈ ਮੈਂ ਵੀ ਚੱਲੀ ਮੰਮੀ ਵੀ ਨਾਲ ਹੀ ਚੱਲੀ ਆ ਲੈ ਤੂੰ ਵੀ ਚੱਲੀ ਆ ਅੱਜ ਚੱਲੇ ਹੀ ਮਾਸੀ ਕੋਲੇ ਚੱਲੇ ਆ ਸੱਚੀ ਮਾਸੀ ਕੋਲੇ ਚੱਲੇ ਆ ਤੂੰ ਘਰੇ ਖੜੋ ਜਾ ਘਰ ਕਿ ਮੰਮੀ ਤੇ ਮਾਸੀ ਜੀ ਤੇ ਮੇਰੇ ਨਾਨੀ ਬਾਹਰੋਂ ਆਏ ਘਰੇ ਖੜੋ ਜਾ ਘਰੇ ਮੈਂ ਤੇਰੇ ਲੈ ਕੇ ਕੁਛ ਤਾਂ ਸੋਚਿਆ ਕਰੋ ਸੋਚ ਵਿਚਾਰ ਕਰਿਆ ਕਰੋ ਤੁਸੀਂ ਤਾਂ ਜਵਾਂ ਸ਼ਰਮ ਹੀ ਲਾ ਦਿੱਤੀ ਬਸ਼ਰਮਾ ਤੂੰ ਤਾਂ ਜਵਾਂ ਨਹੀਂ ਸ਼ਰਮ ਕਰਦਾ ਮੈਂ ਇਕੱਲਾ ਚੱਲੇ ਆਸ਼ੀਰਵਾਦ ਦਿਆ ਕਰ ਇਹਨੇ ਆਸ਼ੀਰਵਾਦ ਦੇਵਾਂਗੇ ਇਹ ਤਾਂ ਚੱਲ ਆ ਜਾਣਗੇ ਅੱਜ ਚੱਲੇ ਨਵੇਂ ਨਵੇਂ ਤੇ ਤੂੰ ਤਾਂ ਰੋਜ਼ ਤੁਰਿਆ ਰਹਿਣਾ ਬੇਬੇ ਰਿਸ਼ਤੇਦਾਰੀਆਂ 'ਚ ਜਾਣਾ ਪੈਂਦਾ ਮਿਲਾਂਗੇ ਵਰਤਾਂਗੇ ਤਾਂ ਹੀ ਇਹਨਾਂ ਨਾਲ ਵਰਤਾਂ ਬਾਪੂ ਆ ਨਾ ਵੱਡਾ ਰਿਸ਼ਤੇਦਾਰੀਆਂ 'ਚ ਜਾਣ ਵਾਲਾ ਸ਼ਰਮ ਲੰਘ ਹੈਗਾ ਨਾ ਵਿਆਹ ਹੈ ਨਾ ਉਹ ਤੇ ਰਿਸ਼ਤੇਦਾਰੀਆਂ 'ਚ ਜਾਣਾ ਹੈ ਨੇ ਭੈਣ ਘਰ ਭਾਈ ਕੁੱਤਾ ਸਹੁਰੇ ਘਰ ਜਵਾਈ ਕੁੱਤਾ ਵਾਜੀ ਵਾ ਕਹਿੰਦੇ ਹੋ ਚੁੱਕੇ ਆ ਗੱਡੀ ਤੇ ਸਵਾਰ ਕਰਾਂਗੇ ਸੀਟ ਬੈਲਟ ਬੁਲਟਾ ਲਾ ਲਓ ਕਰਾਂਗੇ ਤੇ ਡੈਡੀ ਗੱਡੀ ਸਿੱਧੀ ਮੋਗੇ ਜਾ ਕੇ ਰੁਕਣੀ ਚਾਹੀਦੀ ਕਿ ਰਾਜ ਸਟਾਪ ਹੈਗਾ ਰਾਜ ਹੈਗਾ ਸਟਾਪ ਕਿੱਥੇ ਸਿੱਖਵੀਂ ਸਿੱਖਵੀ ਮਿੱਤਰੋ ਆਪਾਂ ਵੇਖਣਾ ਪੱਥਰ ਪੱਥਰ ਆਪਾਂ ਵੱਖਰਾ ਡਿਜ਼ਾਈਨ ਵੇਖਣਾ ਉਹ ਲਾਉਣਾ ਆਪਾਂ ਬੇਬੇ ਕਮਰੇ ਚ ਵੀਰੇ ਜੈ ਜੈ ਲਾ ਲਿਓ ਹਰ ਵਾਰ ਤੁਹਾਡੇ ਕੋਲ ਹੀ ਆਈਦਾ ਮੰਮੀ ਕਹਿੰਦੇ ਮੈਂ ਆਪ ਪਾਉਣੇ ਜੋ ਮਰਜ਼ੀ ਹੋ ਜਾਏ ਬੇਬੇ ਕਿੰਨੇ ਕਿਲੋ ਲੈਣੇ ਆ ਕਿਲੋ ਕਿਲੋ ਹੀ ਲੈਣੇ ਹੋਰ ਕਿੰਨੇ ਕਿਲੋ ਲੈ ਲਏ ਆਪਾਂ ਅੰਗੂਰ ਤੇ ਕਿਲੋ ਲੈ ਲਏ ਡੇਢ ਕਿਲੋ ਪਪੀਤਾ ਪਪੀਤਾ ਮੰਮੀ ਘਰ ਲੱਭ ਗਿਆ ਫਿਰ ਮਸਾਂ ਹੀ ਲੱਭਿਆ ਕਿਉਂਕਿ ਬੜੇ ਟਾਈਮ ਬਾਅਦ ਆਏ ਬੈਲ ਮਾਰੋ ਬੈਲ ਤਿੰਨ ਸਾਲਾਂ ਬਾਅਦ ਮਿਲੇ ਰੋਟੀ ਤਿਆਰ ਹੋਈ ਜਾਂਦੀ ਹੈ ਆਪ ਹੀ ਇੱਧਰ ਕਹਿੰਦੇ ਸੈਲਡ ਤਿਆਰ ਹੋ ਚੁੱਕਾ ਨਾਨੀ ਆ ਕਿਹੜਾ ਚਾਰ ਕੱਢੀ ਲਿਆਉਣੇ ਤੁਸੀਂ ਭਰਥਾ ਚੱਲੂ ਅੱਜ ਭਰਥੇ ਦੇ ਨਾਲ ਆ ਦਹੀਂ ਦਹੀਂ ਭੱਲੇ ਸਾਰਾ ਕੁਝ ਵੇਖਣ ਨੂੰ ਇੰਨਾ ਸਵਾਦ ਲੱਗੀ ਜਾਂਦਾ ਤੇ ਖਾ ਕੇ ਦੇ ਆਈ ਯਾਰ ਤੁਹਾਨੂੰ ਵੇਖਣ ਨੂੰ ਲੱਗੂਗਾ ਕਿਤੇ ਸੱਚੀ ਕੋਈ ਸੁੱਤਾ ਪਿਆ ਪਰ ਟਵਾਏ ਆ ਓਏ ਜਿਵੇਂ ਗੋਰਿਆਂ ਦਾ ਜਵਾਕ ਹੁੰਦਾ ਜਿਵੇਂ ਮੰਮੀ ਨੇ ਕੋਈ ਸੱਚੀ ਜਵਾਕ ਚੱਕਿਆ ਹੁੰਦਾ ਤੁਹਾਨੂੰ ਦੱਸ ਦਈਏ ਬੇਬੀ ਡੋਲ ਆ ਟਵਾਹੇ ਆ ਲੋ ਵੀ ਇੱਧਰ ਕਹਿੰਦੇ ਰੋਟੀ ਤਿਆਰ ਬਰ ਤਿਆਰ ਇੱਧਰ ਮਟਰ ਪਨੀਰ ਤੇ ਆ ਪਰਥਾ ਕਿ ਕੀ ਆ ਪਰਥਾ ਤੇ ਇੱਧਰ ਦਹੀਂ ਤੇ ਇੱਧਰ ਸੈਲਡ ਦਹੀਂ ਭੱਲੇ ਆ ਹੈ ਦਹੀਂ ਭੱਲੇ ਵਾਹ ਜੀ ਵਾਹ ਦਹੀਂ ਭੱਲੇ ਨਾਨੀ ਆ ਬਣਾਏ ਦਹੀਂ ਭੱਲੇ ਵਾਹ ਨਾਨੀ ਸਾਡੇ ਸ਼ੈਫ ਨਾਲ ਘਾਟਿਆ ਕਿਤੇ ਇੰਡੀਆ ਪਹੁੰਚ ਗਿਆ ਹਾਂਗਕਾਂਗ ਦਾ ਕੁੱਤਾ ਤੁਹਾਡਾ ਹੋਰ ਤੇਰਾ ਨਾਨੀ 13 ਲੱਖ ਚ ਅਸੀਂ ਕਿੰਨਾ ਕੁਝ ਲੈ ਆਉਣਾ ਜਿਹੜਾ ਜਿਹੜਾ ਤੁਸੀਂ ਕੁੱਤੇ ਤੇ ਲਾਦਾ ਮੈਂ ਕਿਹਾ ਨਾਨੀ ਦਿਖਾ ਦਈਏ ਸਾਰਿਆਂ ਨੂੰ ਕਿਨੇ 13 ਲੱਖ ਦਾ ਕੁੱਤਾ ਅੱਧਾ ਕਿੱਲਾ ਪੈਲੀ ਆ ਜਾਣੀ ਇੰਨੀ
मम्मी कहिंदे पार्क विच बैठना है आयो नानी लियाओ चादर सही गल बाहरली नानी बाहरली रसोई बड़ी सोहनी है गुस्सा कर जाना चलो ठीक है नानी ओके बाय तोते दा ध्यान रखा करो एनू क्या बिठा घट मारिया ओके बाय नाउ मित्रों टाइम टू गो बैक टू होम एंड देन कम करिंग देन तारा चोइंग एंड देन दूध डेरी पाइंग एंड टुडे पत्थर भी लाएंगे एंड की तू इथे कुर्सी पे चला बैठा ओ उथे बैठा धूपे बेबे आई एम गोइंग ओम गीम हैप्पी मदर्स डे हैप्पी मदर्स डे हैप्पी बर्थडे टू यू हैप्पी बर्थडे टू यू तो मेरियां सारियां मावां नु मदर डे बाकी सारे दिन मदर डे होंगे कोई भी दिन मां तो बगैर नहीं होंगे बाकी फिर भी हैप्पी मदर डे जावना फोन दे चक्कर तुरिया फिर उधर ना उधर मुड़ के फिर मुड़ी आऊंगा उठो लव यू आपा हुण चले सब्जी सब्जी मंडी मेरे वीरो सब्जी मंडी च दिखाने की साडी च की है ए पापा जी दसनगे की है डैडी जी की आ करेले आ हां तोरियां अल्लां कल तोड़ लिया ही और की आ करेले सिक्कू तो ही खाली की ले फिर दे हैं करेले बड़े बड़े हुए पे अल्लाह जी अल्लाह मामा ओ तो न पता हो हस्बैंड वाइफ है ओ हस्बैंड आ ओ वाइफ आ उन आना दे बच्चे हैं करेले आने भी ब्याह करा ले आते तो ही मेरे डैडी जी तो ही तो सोचे यार ਜਿੱਦਾਂ ਕਿੱਦਾਂ ਹੈ ਇਹ ਸਾਡਾ ਨਿੱਕਾ ਜਿਹਾ ਫਾਰਮ ਹਾਊਸ ਹੈ ਇੱਥੇ ਸਬਜ਼ੀਆਂ ਸੂਜੀਆਂ ਲਾ ਲਈਦੀਆਂ ਗੰਡੇ ਗੁੰਡੇ ਲਸਣ ਲੁਸਣ ਕਰੇਲੇ ਤੋਰੀਆਂ ਭਿੰਡੀਆਂ ਵੀ ਲਾਈਆਂ ਸੀ ਮੈਨੂੰ ਬੜੀ ਨਫ਼ਰਤ ਹੈ ਕਿੱਥੇ ਭਿੰਡੀਆਂ ਮੈਂ ਕਹਿੰਦੇ ਨੇ ਆ ਲਾਈਆਂ ਪਈਆਂ ਭਿੰਡੀਆਂ ਤੇ ਮੈਂ ਕਹਿੰਦੇ ਚੋਰੀ ਚੋਰੀ ਬੂਟੇ ਪੱਟ ਦੇਣੇ ਆ ਬੇਬੇ ਭਿੰਡੀਆਂ ਪੱਟ ਦੇਣੀਆਂ ਮੈਂ ਕਹਿ ਦੇਣਾ ਮੈਂ ਭਿੰਡੀਆਂ ਹੀ ਪੱਟ ਦੇਣੀਆਂ ਅਸੀਂ ਖਾ ਲਿਆ ਕਰਾਂਗੇ ਤੂੰ ਨਾ ਖਾਵੀਂ ਭਿੰਡੀਆਂ सब्जियां एवं रौला पाई जाते आप सब्जी तड़वा वेखिया मैं सारिया नाल तड़वा दिया मैं दसी गया क्यों लगे बेबे सारे जने मेनू पुछदे हुंदे आ कि तुसीं ते बेबे जी ने वीडियो बनाउणी आ कदों बड़े जाणियां दे सवाल हुंदे आ क्वेश्चन आउंदे आ कि वीरे ते वीडियो बनाउणी आ कदों शुरू कीतियां कदों तुसीं ते बेबे जी ने पहली वीडियो बनाई किवें आईडिया दूसरा साल चढ़ गया मैं जिवे सुता पिया जो मंजे ते मीह पई जांदा बेबे पहला बनाई आ मैं सुता पिया ही थोनू पता पंजाबियां नू आदत हुंदी है सुते पए नू ठा के पुछण दी ओ मेरे वल ध्यान दिओ हस पी चंगा
ਜਿਵੇਂ ਨਾ ਮੈਂ ਸੁੱਤਾ ਪਿਆ ਸੀ ਮੰਜੇ ਤੇ ਬੇਬੇ ਆ ਕੇ ਮੈਨੂੰ ਕਹਿੰਦੀ ਆ ਕਿ ਪਾ ਤੂੰ ਸੁੱਤਾ ਪਿਆ ਪੰਜਾਬੀਆਂ ਨੂੰ ਤੁਹਾਨੂੰ ਪਤਾ ਆਦਤ ਹੁੰਦੀ ਆ ਮੈਂ ਕਿਹਾ ਨਹੀਂ ਬੇਬੇ ਜਾ ਚਲਾਈ ਆ ਨਾ ਕਿ ਮਗਰਲੀ ਸੀਟ ਤੇ ਬਹਿ ਜਾ ਉਹ ਵੀਡੀਓ ਬੜੀ ਵਾਇਰਲ ਹੋਈ ਫਿਰ ਉਸ ਤੋਂ ਬਾਅਦ ਅਸੀਂ ਵੀਡੀਓ ਬਣਾਉਣੀਆਂ ਸ਼ੁਰੂ ਕੀਤੀਆਂ ਬਾਅਦ ਚੋਂ ਅਸੀਂ ਬਣਾਈ ਅਲੱਗ ਜਿਹਾ ਕੋਈ ਕਨਸੈਪਟ ਚੱਕਿਆ ਸੀ ਬਾਅਦ ਚੋਂ ਅਸੀਂ ਇੰਗਲਿਸ਼ ਤੇ ਵੀਡੀਓ ਬਣਾਉਣੀਆਂ ਸ਼ੁਰੂ ਕੀਤੀ ਤੁਹਾਨੂੰ ਦੱਸਦੇ ਹਾਂ ਲੋਕਡਾਊਨ 'ਚ ਜਦੋਂ ਅਸੀਂ ਇੰਗਲਿਸ਼ ਵਾਲੀ ਵੀਡੀਓ ਜਿਹੜੀ ਸਾਡੀ ਸਭ ਤੋਂ ਜ਼ਿਆਦਾ ਵਾਇਰਲ ਹੋਈ ਸੀਗੀ ਉਹ ਇੰਗਲਿਸ਼ ਵਾਲੀ ਵੀਡੀਓ ਸੀ ਉਹ ਬਣਾਈ ਜਿਵੇਂ ਮੈਂ ਬੇਬੇ ਫੋਨ ਤੇ ਗੱਲ ਕਰੀ ਜਾਂਦੀ ਹੁੰਦੀ ਇੰਗਲਿਸ਼ 'ਚ ਕਿ ਹੈਲੋ ਹਾਊ ਆਰ ਯੂ ਆਈ ਐਮ ਵੈਰੀ ਗੁੱਡ ਮੈਂ ਬੇਬੇ ਕੋਲੇ ਆ ਕੇ ਬਹਿਣਾ ਮੈਂ ਕਿਹਾ ਬੇਬੇ ਤੂੰ ਇੰਗਲਿਸ਼ ਕਦੋਂ ਤੋਂ ਸਿੱਖ ਲਈ ਬੇਬੇ ਅੱਗੋਂ ਤੁਸੀਂ ਕੀ ਕਹਿੰਦੇ ਆ ਸ਼ਟ ਅਪ ਉਹ ਵੀਡੀਓ ਸਾਡੀ ਬੜੀ ਵਾਇਰਲ ਹੋਈ ਉਦੋਂ ਨਾ ਸਾਨੂੰ ਬੜੀ ਖੁਸ਼ੀ ਹੋਈ ਕਿਉਂਕਿ ਉਦੋਂ ਉਸ ਟਾਈਮ 'ਚ ਦਲਜੀਤ ਦੋਸਾਂਝ ਨੇ ਸਾਡੀ ਸਟੋਰੀ ਪਾਈ ਮੇਰੇ ਤਾਂ ਪੈਰ ਨਾ ਥੱਲੇ ਲੱਗਣ ਮੈਨੂੰ ਕਦੇ ਕਿਹਦਾ ਫੋਨ ਆ ਵੀਰੇ ਤੁਹਾਡੀ ਦਲਜੀਤ ਦੋਸਾਂਝ ਨੇ ਸਟੋਰੀ ਪਾਈ ਉਹ ਖੁਸ਼ੀ ਵੱਖਰੀ ਹੁੰਦੀ ਯਾਰ ਬਾਜੀ ਬਾਜੀ ਵਾ ਕਹਿੰਦੇ ਨੌਜਵਾਨ ਚੋਬਰ ਆ ਚੁੱਕਾ ਮੇਰੇ ਵੀਰੋ ਸੋਹਣੀ ਲੱਗਦਾ ਆਜੋ 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 ਇਹਦੇ ਕੀ ਨਾਂ ਚੋਬਰ ਦਾ ਸਮਾਨ ਵੇਖੋ ਕਿੰਨਾ ਚੀਰ ਕੇ ਰੱਖਿਆ ਪਿਆ ਵੇਲਾ ਗੋਲੂ ਮੋਲੂ ਇਹ ਨਾਨਕੇ ਆਇਆ ਹੋਇਆ ਆਪਦੇ ਬੋਰੀਆਂ ਰੱਖੀਆਂ ਆ ਕਰੇਲੇ ਲੱਗੇ ਆਵੇ ਬੇਬੇ ਮੈਂ ਇਹਦਾ ਕੀ ਲੱਗਦਾ ਲਓ ਵੀ ਮੇਰੇ ਵੀਰੋ ਮਤੀਰਾ ਲੈਣ ਦਾ ਬੇਬੇ ਕਿੰਨੇ ਰੁਪਏ ਲਾਏ ਮਤੀਰੇ ਤੇ 50 ਦਾ ਥੋੜੀ ਆਇਆ ਪੰਜਾਹਾਂ ਦਾ ਦਿੱਤਾ ਸੀ 100 ਦੇ ਅੰਗੂਰ ਆਏ ਤੇ 50 ਦਾ ਇਹ ਆਇਆ ਜਪੂ ਵੀ ਮਤੀਰੇ ਵਰਗਾ ਆ ਅੱਜ ਬੇਬੇ ਇੰਨੇ ਮਹਿੰਗੇ ਆ ਮੰਮੀ ਆਪਾਂ ਨੂੰ ਬੜੇ ਮੈਸੇਜ ਆਉਂਦੇ ਹੁੰਦੇ ਆ ਕਿ ਸਾਰੇ ਜਾਣੇ ਦੱਸੋ ਕਿ ਤੁਹਾਡਾ ਗੱਗੂ ਕੀ ਫੈਮਿਲੀ ਨਾਲ ਕੀ ਰਿਲੇਸ਼ਨ ਆ ਗੱਗੂ ਹੋਣਾ ਨਾਲ ਉਹ ਵੀ ਤੁਹਾਨੂੰ ਇਸੇ ਵਲੌਗ 'ਚ ਅੱਗੇ ਦੱਸਦੇ ਅੱਗੇ ਵੇਖੋ ਵੀ ਆਪਾਂ ਦੱਸਾਂਗੇ ਸਾਰਾ ਕੁਝ ਜੀ ਆਪਦੇ ਦਿਲ ਦੀਆਂ ਗੱਲਾਂ ਸਾਰੀਆਂ ਤੁਹਾਡੇ ਨਾਲ ਸ਼ੇਅਰ ਕਰਾਂਗੇ ਅੱਜ ਆਪਾਂ ਡੈਡੀ ਮੈਨੂੰ ਲੱਗਦਾ ਜਿਵੇਂ ਖਰਾਬ ਹੋ ਗਿਆ ਹੁੰਦਾ ਕਿ ਨਹੀਂ ਜੱਪੂ ਕਹਿ ਮੈਂ ਮਤੀਰਾ ਗੁਗਲੀ ਮੁਗਲੀ ਸਾਡੀ ਗੁਗਲੀ ਮੁਗਲੀ ਟੁੱਟੀ ਕਰਕੇ ਆਏ ਕਰਦੀ ਮੈਨੂੰ ਕੀ ਜਿਹੜੀ ਅੱਛਾ ਲਓ ਵੀ ਇੱਧਰ ਕਹਿੰਦੇ ਸਾਡੇ ਸ਼ੈਫ ਜੀ ਲੱਗੇ ਹੋਏ ਆ ਬੇਬੇ ਆਪਣੇ ਘਰ 'ਚ ਸਾਰੇ ਜਾਣੇ ਕੰਮ ਕਰ ਲੈਂਦੇ ਆ ਸਿਰਫ ਇੱਕ ਬੰਦੇ ਨੂੰ ਛੱਡ ਕੇ ਉਹ ਕੌਣ ਆ ਉਹ ਜਿਹੜਾ ਬੰਦਾ ਨਾ ਕੰਮ ਵਾਲਾ ਨਹੀਂ ਆ ਉਹ ਨਾ ਬਸ ਫਿਰਨ ਤੁਰਨ ਵਾਲਾ ਤੇ ਦੂਜੇ ਦੇ ਰੋਹ ਮਾਰਨ ਵਾਲਾ ਰੋਹ ਦੇ ਸਾਰੇ ਨੂੰ ਪਤਾ ਹੀ ਆ ਕੌਣ ਮਾਰਦਾ ਕੌਣ ਨਹੀਂ ਮਾਰਦਾ ਵਾਹ ਜੀ ਵਾਹ ਮੈਂ ਪਿੰਡੀਆਂ ਨਹੀਂ ਖਾਣੀਆਂ ਹੈਗੀਆਂ ਪਿੰਡੀਆਂ ਨਾ ਬੀਜੋ ਤੂੰ ਤਾਂ ਪੜ ਕੇ ਆ ਕੇ ਕਣਕ ਨਹੀਂ ਖਾਣੀ ਗੀ ਬਾਹਰਲਾ ਆਟਾ ਖਾਣਾ ਬੇਬੇ ਮੈਂ ਕਦੋਂ ਜਿਹੜੀ ਚੀਜ਼ ਨਹੀਂ ਖਾਂਦੇ ਆਪਾਂ ਨਹੀਂ ਖਾਂਦੇ ਖਾਣੀ ਪੈਣੀ ਉਹ ਬੇਬੇ ਪਿੰਡੀਆਂ ਦੇ ਕਿੰਨੇ ਬੂਟੇ ਲਾਏ ਆਪਣੇ ਘਰੇ ਮੈਂ ਤਾਂ ਜਗਣੇ ਨਹੀਂ ਜਣ ਭਵੇਂ ਨਾ ਮੈਂ ਤੂੰ ਹੀ ਵਿਚਾਰ ਪਾਰਟੀ ਨਾ ਆਵੇਂ ਕਿਤੇ ਹਾਂ ਬੇਬੇ ਜੇ ਘਰ 'ਚ ਭਿੰਡੀਆਂ ਬਣੀਆਂ ਨਾ ਉਹਦਾ ਹਿਸਾਬ ਲਾ ਲਿਓ ਮੈਂ ਦੱਸਦਾ ਮੈਂ ਭਿੰਡੀਆਂ ਨਹੀਂ ਖਾਣੀਆਂ ਨਹੀਂ ਖਾਣੀਆਂ ਨਹੀਂ ਖਾਣੀਆਂ ਨਹੀਂ ਖਾਣੀਆਂ ਤਾਂ ਨਾ ਖਾ ਜਾ ਕੇ ਫਿਰ ਮੂੰਹ ਖਾ ਲਾ ਜਾ ਕੇ ਜਾ ਨਹੀਂ ਭਿੰਡੀਆਂ ਖਾਣੀਆਂ ਤਾਂ ਲਓ ਵੀ ਇੱਧਰ ਅੱਜ ਡੈਡੀ ਨੂੰ ਲਾਇਆ ਆ ਹੈ ਡੈਡੀ ਨੂੰ ਕਿਹੜਾ ਪਤਾ ਲੱਗਦਾ ਕਿ ਚੰਗੀਆਂ ਚੀਜ਼ਾਂ ਤਾਂ ਕੋਈ ਨਹੀਂ ਲੰਘਦੀਆਂ ਆਗੀਆਂ ਉਹ ਖਾਊਂਗਾ ਸਬਰ ਵੀ ਰੱਖੋ ਟੰਡ ਵੀ ਰੱਖੋ ਲੋਕਾਂ ਨੇ ਕਹਿਣਾ ਕਿ ਯਾਰ ਮਨ ਦੀ ਜਮਾ ਇੱਜ਼ਤ ਨਹੀਂ ਹੈਗੀ ਘਰੇ ਬਾਹਰ ਲੋਕੀ ਇੰਨੀ ਇੱਜ਼ਤ ਕਰਦੇ ਘੱਟੋ ਬਾਹਰ ਇੱਜ਼ਤ ਕਰਦੇ ਤਾਂ ਫਿਰ ਬਾਹਰ ਹੀ ਰਿਹਾ ਕਰ ਘਰੇ ਕਿ ਲੈਣ ਆਉਂਦਾ ਹੁੰਦਾ ਤੇ ਬਾਹਰ ਹੀ ਰਹਿੰਦਾ ਇਹ ਵਿਚਾਰਾ ਘਰੇ ਕਦੋਂ ਰਹਿੰਦਾ ਕੋਈ ਇੱਜ਼ਤ ਆ ਮੇਰੀ ਇਸ ਘਰ 'ਚ ਕਹਿੰਦੇ ਉਹ ਜਗ੍ਹਾ ਤੇ ਨਹੀਂ ਜਾਣਾ ਚਾਹੀਦਾ ਜਿੱਥੇ ਬੰਦੇ ਦੀ ਇੱਜ਼ਤ ਨਾ ਹੋਵੇ ਹੁਣ ਬੰਦਾ ਆਪਦੇ ਘਰੇ ਬਣਾਉਣਾ ਵੇ ਬੇਬੇ ਜੱਬੂ ਬਹੁਤ ਇੱਜ਼ਤ ਆ ਤੇਰੀ ਬਹੁਤ ਇੱਜ਼ਤ ਆ ਬਾਹਰ ਵੀ ਘਰੇ ਵੀ ਆ ਤੈਨੂੰ ਲੱਗਦੀ ਵੀ ਮੇਰੀ ਇੱਜ਼ਤ ਹੈ ਥੋੜਾ ਜਿਹਾ ਹੀ ਆ ਬਾਹਰ ਓਵੇਂ ਹੁੰਦੀ ਤੇ ਘਰੇ ਛਤਰਾ ਨਾ ਹੁੰਦੀ ਇੱਜ਼ਤ ਤਾਂ ਦੋਵੇਂ ਪਾਸੇ ਜੇ ਦਿਨ ਇਹ ਨਾ ਰਹੀ ਤਾਂ ਦਿਨ ਉਹ ਵੀ ਨਾ ਰਹਿਣਗੇ ਸੋਹਣਿਓ ਬਤੀਰੇ ਦੀਆਂ ਫਾੜੀਆਂ ਤਾਂ ਬੜੀਆਂ ਚਾਚਾ ਕੇ ਖਾਣ ਲੱਗ ਪਿਓ ਤੇ ਭਿੰਡੀਆਂ ਕੇ ਮੈਂ ਪੱਟ ਦੇਣੀਆਂ ਮੈਂ ਖਾਣੀਆਂ ਬੇਬੇ ਇਹ ਪਤਾ ਕੀ ਹੁੰਦਾ ਇਹ ਮਤੀਰਾ ਹੁੰਦਾ ਇਹਨੂੰ ਐ ਕਰਕੇ ਖਾ ਲਈਦਾ ਕੀ ਜੱਪੂ ਆਹ ਟਰੈਕਟਰ ਰੱਖੀ ਜਾਂਦਾ ਟਰੈਕਟਰ ਟਰੈਕਟਰ ਆ ਟਰੈਕਟਰ ਆ ਗਏ ਦੇ ਦਾਦੇ ਜੱਬੂ ਦੇ ਟਰੈਕਟਰ ਕਿੱਥੋਂ ਆਏ ਆ ਸਾਰਾ ਦੱਸਦੇ ਆ ਆਪਾਂ ਕਹੀ ਜਾਂਦਾ ਮੰਟਰ ਐ ਖੁਸ਼ ਪੂਰਾ ਜੱਬੂ ਬਸ ਆਇਆ ਵਿਚਾਈ ਲਾਓ ਵੀ ਬੈਠਾ ਰਹਿ ਬੈਠੇ ਹਾਏ ਹਾਏ ਟਰੈਕਟਰ ਦਾ ਇਧਰੋਂ ਆਪਾਂ ਨਾ ਟਰੈਕਟਰ ਟਰੂਟਰ ਲੈ ਕੇ ਆਂ ਤੇ ਥਾਰਾ ਲੈ ਕੇ ਆਂ ਤੇ ਅਸੀਂ ਤੇ ਬੱਸਾਂ ਲੈ ਕੇ ਆਂਤੀਆਂ ਅਸੀਂ ਟਰੱਕ ਲੈ ਕੇ ਆਂ ਤੇ ਉਹ ਅੱਗੇ ਵੇਖੋ ਕਿ ਆਪਾਂ ਕਿੱਥੋਂ ਲੈ ਕੇ ਆਏ ਆ ਤੇ ਉਸ ਤੋਂ ਬਾਅਦ ਆਪਾਂ ਤੁਹਾਨੂੰ ਜੱਪੂ ਦੇ ਰਿਐਕਸ਼ਨ ਦਿਖਾਉਣੇ ਆ ਕਿ ਇਹਦੇ ਰਿਐਕਸ਼ਨ ਕੀ ਆ ਉਹਦੇ ਹਲੇ ਵੀ ਖੁਸ਼ ਹੋਇਆ ਫਿਰਦਾ ਨਿਆਣਿਆਂ ਨਾਲੋਂ ਵੱਧ ਆ
ਬੇਬੇ ਜਦ ਕਰੀ ਆਂਦੀ ਹੈ ਬੇਬੇ ਸਾਰੇ ਪੈਕ ਕੀਤੇ ਵੀਰਾਂ ਦੇ। ਅੱਛਾ ਇਹਨਾਂ ਦੇ ਆਹ ਕੱਲੀਆਂ ਬਾਡੀਆਂ ਆ। ਲਓ ਵੀ ਮਿੱਤਰੋ ਆਹ ਦੋ ਟਰੈਕਟਰ ਲੈ ਲਿਆ ਆਪਾਂ, ਇੱਕ ਜੌਨ ਡੀਅਰ ਤੇ ਇਹ ਆਪਾਂ ਜਵਾਕਾਂ ਨੂੰ ਦੇ ਦੇਣੇ ਆ। ਚੱਲ ਚੰਗਾ ਪੁੱਤ, ਇੱਕ ਜਾਪ ਨੂੰ ਟਰਾਲੀ ਵੀ ਲੈ ਲੈਣੀ। ਟਰਾਲੀ ਨਾਲ ਹੀ ਆਵੇ, ਜਾਪ ਨੇ ਤਾਂ ਪਹਿਲਾਂ ਕਹਿਣਾ ਟਰਾਲੀ ਹੋਵੇ ਨਾਲ ਹੀ। ਆ ਪੰਜ ਵੈਰਾਈਟੀਆਂ ਲੈ ਚੱਲੇ ਆਪਾਂ ਆ ਤੁਹਾਡੇ ਸਾਹਮਣੇ। ਲਓ ਵੀ ਕਹਿੰਦੇ ਅੱਜ ਕੱਲ ਥਾਰ ਦੀ ਬੜੀ ਡਿਮਾਂਡ ਆ ਤੇ ਵੀਰੇ ਹੁਣੀ ਸਾਰਾ ਕੁਝ ਹੀ ਸਾਰੀਆਂ ਵੈਰਾਈਟੀਆਂ ਰੱਖੀ ਫਿਰਦੇ ਆ ਜਿਹੜੀਆਂ ਵੀ ਅੱਜ ਕੱਲ ਟ੍ਰੈਂਡਿੰਗ ਚ। ਆ ਵੀਰੇ ਹੁਣਾਂ ਦਾ ਨੰਬਰ ਆ, ਜੇ ਕੋਈ ਵੀ ਚੀਜ਼ ਬਾਏ ਕਰਨੀ ਆ ਇਹਦਾ ਸਕਰੀਨਸ਼ਾਟ ਮਾਰ ਲਿਓ। ਤੋ ਮਿੱਤਰੋ ਬੇਬੇ ਦੇ ਬੜੀ ਟਾਈਮ ਦੀ ਰੀਝ ਸੀ, ਰੀਝ ਕਹਿ ਲਓ ਚਾਲ ਲਾ ਲਓ ਕਿ ਬੇਬੇ ਕਹਿੰਦੀ ਜਾਣਾ ਹੀ ਜਾਣਾ ਜਵਾਕਾਂ ਨੂੰ, ਜਿਵੇਂ ਜਵਾਕ ਨਹੀਂ ਜਦ ਕਰਦੇ ਬੇਬੇ ਉਦਾਂ ਕਿ ਜਾਣਾ ਹੀ ਜਾਣਾ। ਮੈਂ ਕਿਹਾ ਵੀ ਮੈਂ ਕਿਹਾ ਜੇ ਤੂੰ ਨਾ ਕਹਣਾ ਤੇ ਮੈਂ ਗੱਡੀ ਦਾ ਸੰਡੇਰ ਨੂੰ ਫੜ ਲੈਣਾ, ਸਟੇਅਰ ਅੰਖੀ ਗੇੜ ਦੇ ਲਾ ਪਉਂਗੀ ਆਪੇ ਗੱਡੀ ਬੈਗ ਹੋ ਜੂਗੀ। ਆ ਕੀ ਆ ਕਿਆ ਹੁਣ ਆਉਂਦੀਆਂ ਗੱਲਾਂ ਬਸ ਜਾਪੂ ਪੂਰਾ ਕੁਝ ਵੇਖੋ ਆ ਚੀਜ਼ਾਂ ਲੈ ਕੇ ਆਉਂਦੀਆਂ। ਜਾਪੂ ਉਹ ਕੀ ਆ ਗਈ ਆ ਕਾਰ ਦੋ ਤੇ ਜਾਪੂ ਆ ਗਈ ਆ ਹੈ ਟਰੱਕ। ਲਓ ਵੀ ਜਾਪੂ ਵਾਸਤੇ ਆਪਾਂ ਲੈ ਆਤਾ ਸਾਰਾ ਜਾਪੂ ਦੇ ਖੇਡਣਾ, ਇਹ ਘਰੇ ਨੀ ਲਿਜਾਣ ਨੂੰ ਦੇਣਾ, ਇੱਥੇ ਇੱਥੇ ਖੇਡਣਾ ਆ। ਉਹ ਕਿੰਨਾ ਖੁਸ਼ ਆ ਉਹ ਜਾਪੂ, ਖੋਲ ਦੋ ਲੈ ਆ ਖੋਲ ਕੇ ਦੋ। ਕਹਿੰਦਾ ਤੁਰਾ ਸਾਰਾ ਸਮਾਨ ਤੁਹਾਨੂੰ ਦਿਖਾ ਹੀ ਦਿੱਤਾ, ਉਧਰ ਚੈੱਕ ਕਰੋ ਬੱਚੇ ਬੱਚੇ ਆਹ ਚੀਜ਼ਾਂ ਦੇਖ ਕੇ ਬੜਾ ਖੁਸ਼ ਹੁੰਦੇ ਆ, ਤਾਂ ਹੀ ਮੈਂ ਲੈ ਕੇ ਆਇਆ ਵਾ। ਪਹਿਲਾਂ ਇੱਕ ਜਾਣਾ ਹੁਣ ਦੋ ਦੋ ਜਾਣੇ ਲੱਗੇ ਪਏ। ਜਾਪੂ ਤੇਰਾ ਫਰੈਂਡ ਆਇਆ ਆ, ਇਹਦਾ ਨਾਂ ਕੀ ਸੀ? ਅਭਿਰਾਜ। ਖੇਡੀ ਜਾਂਦੇ ਦੋਵੇਂ ਲੈ ਜਾਂਦੇ ਨੇਰੀਆਂ। ਮੈਂ ਕਿਹਾ ਸੀ ਨਾ ਕਿ ਬੱਚੇ ਬੜਾ ਖੁਸ਼ ਹੁੰਦੇ ਆ ਚੀਜ਼ਾਂ ਨੂੰ ਵੇਖ ਕੇ। ਤੁਸੀਂ ਸੋਚਦੇ ਹੋਵੋਗੇ ਕਿ ਇਹ ਸਾਰਾ ਕੁਝ ਕਾਹਤੋਂ ਲੈ ਕੇ ਆਉਂਦਾ, ਇਹ ਮੈਂ ਤਾਂ ਲੈ ਕੇ ਆਇਆ ਕਿ ਜਦੋਂ ਵੀ ਘਰੇ ਕੋਈ ਬੱਚਾ ਆਵੇ ਉਹ ਆਪਦਾ ਖੇਡੀ ਜਾਵੇ। ਆਹ ਹੁਣ ਵੇਖੋ ਪਹਿਲਾਂ ਮੂੰਹ ਜਿਹਾ ਬਣਾ ਕੇ ਬੈਠਾ, ਹੁਣ ਪੂਰਾ ਖੁਸ਼ ਆ ਕਿ ਬੱਚਾ ਆਵੇ ਤੇ ਆਪਦਾ ਇੰਜੋਏ ਕਰੇ। ਆਪਾਂ ਘਰੇ ਰੱਖਣੀਆਂ ਸਾਰੀਆਂ ਚੀਜ਼ਾਂ। ਉਹ ਤੇ ਸੱਚ ਆਪਾਂ ਦੱਸਿਆ ਨੀ ਕਿ ਆਪਣਾ ਕੀ ਰਿਲੇਸ਼ਨ ਹੈ ਗੱਗੂ ਕੀ ਫੈਮਿਲੀ ਨਾਲ, ਕਿ ਅਗਲੇ ਵਲੋਗ 'ਚ ਦੱਸ ਦਈਏ। ਅਗਲੇ ਵਲੋਗ 'ਚ ਦੱਸਾਂਗੇ, ਇਹ ਵਲੋਗ ਬਾਹਲਾ ਲੰਮਾ ਹੋ ਜਾਣਾ, ਫਿਰ ਸਾਰਾ ਦੱਸਾਂਗੇ ਕੀ ਰਿਲੇਸ਼ਨ ਹੈ। ਸਵਾਸ ਕਰਦੇ ਹਾਂ ਕਿ ਤੁਹਾਨੂੰ ਸਾਰਿਆਂ ਨੂੰ ਸਾਡਾ ਵਲੋਗ ਜ਼ਰੂਰ ਪਸੰਦ ਆਇਆ ਹੋਊਗਾ। ਜੇ ਪਸੰਦ ਆਇਆ ਵੀਡੀਓ ਨੂੰ ਲਾਈਕ ਕਰ ਦਿਓ, ਵਾਧੂ ਸਾਰੇ ਕਮੈਂਟ ਕਰ ਦਿਓ ਤੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਿਓ ਤੇ ਬੈਲ ਆਈਕਨ ਘੰਟੀ ਨੂੰ ਵੀ ਦਬਾ ਲਓ ਟੁੰਗ ਟੁੰਗ ਕਰਕੇ। ਸੋ ਥੈਂਕ ਯੂ ਸੋ ਮਚ, ਲਵ ਯੂ, ਥੈਂਕ ਯੂ।